ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੰਘ ਮੀਡੀਆ ਕੁਇਟ ਚੈਨਲ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਕਈ ਲੋਕੀ ਪ੍ਰਭਾਵਿਤ ਹੋਏ ਹਨ ਉੱਥੇ ਹੀ ਇੱਕ ਅੰਤਰਰਾਸ਼ਟਰੀ ਸੰਸਥਾ ਖਾਲਸਾ ਐਡ ਵੱਲੋਂ ਹੜ੍ਹ ਪੀੜਤਾਂ ਦੀ ਜਿਹੜੀ ਬਾਹ ਫੜੀ ਗਈ ਹੈ ਇਸ ਦੇ ਸਿਲਸਿਲੇ ਵਿੱਚ ਅੱਜ ਕੁਵੈਤ ਸਾਧ ਸੰਗਤ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਅਸੀਂ ਜਾਣਦੇ ਹਾਂ ਕਈ ਅਹਿਮ ਜਿਹੜੇ ਫੈਸਲੇ ਕੁਵੈਤ ਦੀ ਸਾਧ ਸੰਗਤ ਨੇ ਇੱਥੇ ਲੀਤੇ ਹਨ ਅਸੀਂ ਜਾਣਦੇ ਹਾਂ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਦਲਜੀਤ ਸਿੰਘ ਪੱਟੀ ਅ ਵੀਰ ਜੀ ਤੁਸੀਂ ਅੱਜ ਇੱਥੇ ਮੀਟਿੰਗ ਜਿਹੜੀ ਕੀਤੀ ਹੈ ਕੁਐਤ ਸਾਧ ਸੰਗਤ ਵੱਲੋਂ ਜਿਹੜੇ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹਨ ਖਾਲਸਾ ਇਹ ਜਿਹੜੀ ਸਭ ਤੋਂ ਅੱਗੇ ਵੱਧ ਕੇ ਉਹਨਾਂ ਦਾ ਸਹਿਯੋਗ ਜਿਹੜੀ ਕਰਦੀ ਪਈ ਹੈ ਤੇ ਤੁਸੀਂ ਆਪਣੇ ਲੈਵਲ ਤੇ ਇੱਥੇ ਹੁਣ ਤੁਸੀਂ ਅੱਜ ਮੀਟਿੰਗ ਕੀ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤੇ ਇਸ ਗੱਲ ਦਾ ਦੁੱਖ ਹੈ ਕਿ ਜਿਹੜੇ ਪੰਜਾਬ ਚ ਲੋਕੀ ਜਿਹੜੇ ਹੜ੍ਹ ਤੋਂ ਪੀੜਤ ਨੇ ਤੇ ਬਹੁਤ ਬੁਰੀ ਹਾਲਤ ਚ ਨੇ ਤੇ ਇਹਦੇ ਨਾਲ ਨਾਲ ਇਹ ਵੀ ਇੱਕ ਬੜੀ ਚੰਗੀ ਗੱਲ ਸਾਹਮਣੇ ਆਈ ਕਿ ਪੰਜਾਬ ਦਾ ਹਰ ਬੱਚਾ ਹਰ ਨਾਗਰਿਕ ਜੋ ਹੈ ਇਸ ਦੁੱਖ ਦੀ ਘੜੀ ਚ ਉਹਨਾਂ ਪੀੜਤਾਂ ਦੇ ਨਾਲ ਖੜਾ ਹੈ ਤੇ ਇਸੇ ਸਬੰਧ ਚ ਜੋ ਸਾਡੇ ਸਾਹਮਣੇ ਆਇਆ ਕਿ ਜਿੱਚ ਸਭ ਤੋਂ ਸਾਹਮਣੇ ਬੇਸ਼ੱਕ ਹੋਰ ਬਹੁਤ ਸਾਰੀਆਂ ਸੰਸਥਾਵਾਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਤੇ ਹੋਰ ਜਿੰਨੀਆਂ ਸੰਸਥਾਵਾਂ ਨੇ ਬਹੁਤ ਕੰਮ ਕਰ ਰਹੀਆਂ ਨੇ ਪਰ ਜੋ ਪਲਾਨਡ ਵਰਕ ਹੈ ਜਿਹੜਾ ਖਾਲਸਾ ਈਡ ਦਾ ਤੇ ਉਹਨਾਂ ਦੇ ਜੋ ਐਕਸਪੀਰੀਅੰਸ ਦੇ ਆਧਾਰ ਤੇ ਉਸ ਨੂੰ ਸਪੋਰਟ ਕਰਨ ਲਈ ਅੱਜ ਅਸੀਂ ਕੋਈ ਦੀ ਸਾਧ ਸੰਗਤ ਜਿੰਨੀਆਂ ਵੀ ਇੱਥੇ ਸੇਵਾ ਸੁਸਾਇਟੀਆਂ ਨੇ ਧਾਰਮਿਕ ਰਿਲੀਜੀਅਸ ਕਲਚਰਲ ਉਹ ਸਾਰੀਆਂ ਇਕੱਠੀਆਂ ਹੋਈਆਂ ਤੇ ਇੱਕ ਫੈਸਲਾ ਕੀਤਾ ਗਿਆ ਇੱਕ ਸੁਝਾਅ ਆਇਆ ਕਿ ਆਪਣੀ ਜਿਹੜੀ ਕੋਈ ਦੀ ਸਾਧ ਸੰਗਤ ਵੀ ਹੈ ਉਹ ਵੀ ਖਾਲਸਾ ਏਡ ਨੂੰ ਇਸ ਸਹਾਇਤਾ ਚ ਇਸ ਦੁੱਖ ਦੀ ਘੜੇ ਚ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕੇ ਉਹ ਦੇਵੇ ਤੇ ਉਸ ਸਬੰਧ ਵਿੱਚ ਅਸੀਂ ਸਾਰੇ ਜਿਹੜੀ ਸੰਗਤ ਨੂੰ ਅਪੀਲ ਕਰਾਂਗੇ ਕਿ ਉਹ ਜਿਹੜੀ ਜਿੰਨੀ ਵੀ ਵੱਧ ਤੋਂ ਵੱਧ ਸਹਾਇਤਾ ਆਪਣੇ ਵਿੱਤ ਮੁਤਾਬਕ ਆਪਣੇ ਵਿੱਤ ਮੁਤਾਬਕ ਜਾਂ ਵਿੱਤ ਤੋਂ ਬਾਹਰ ਜਾ ਕੇ ਤੇ ਉਹ ਇਸ ਗੱਲ ਨੂੰ ਦੁਨਿਹਲਟ ਕਰਨ ਇਸ ਇੱਕ ਫੈਸਲਾ ਹੋਇਆ ਕਿ ਅਸੀਂ ਇੱਕ ਕੁਝ ਰਸੀਦ ਬੁੱਕ ਛਪਾਵਾਂਗੇ ਇੱਕ ਵੱਖਰੇ ਤੌਰ ਤੇ ਜੋ ਕਿਸੇ ਸਭਾ ਜਾਂ ਸੁਸਾਇਟੀ ਦੇ ਨਾਂ ਤੇ ਨਹੀਂ ਹੋਏਗੇ ਜਿਸ ਪੰਜਾਬ ਹੜਪੀਦਿਤ ਫੰਡ ਜਾਂ ਪੰਜਾਬ ਫਲੱਡ ਰੀਲੀਫ ਫੰਡ ਦੇ ਨਾਂ ਤੇ ਅਸੀਂ ਇਕੱਠਾ ਕਰਾਂਗੇ ਜਿਸ ਜੋ ਵੀ ਫੰਡ ਹੋਵੇਗਾ ਉਹ ਅਸੀਂ ਪੂਰਾ ਦਾ ਪੂਰਾ ਖਾਲਸਾ ਏਡ ਨੂੰ ਟਰਾਂਸਫਰ ਕਰਾਂਗੇ ਉਹਨਾਂ ਨੂੰ ਭੇਜਾਂਗੇ ਤੇ ਜਿਹਦਾ ਪੂਰਾ ਵੇਰਵਾ ਬਾਅਦ ਚ ਸਾਰੀ ਕੋਈ ਸੰਗਤ ਨੂੰ ਸੋਸ਼ਲ ਮੀਡੀਆ ਦੇ ਤੌਰ ਤੇ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਪੂਰਾ ਵੇਰਵਾ ਦਿੱਤਾ ਜਾਏਗਾ ਜਿਹੜੇ ਕੀ ਤੁਸੀਂ ਪਰਚੀਆਂ ਦੀ ਗੱਲ ਕੀਤੀ ਹੈ ਜਿਹੜੀ ਸੀ ਤੁਸੀਂ ਦੇਣੀ ਹੈ ਲੋਕਾਂ ਨੂੰ ਉਹਦੇ ਵਿੱਚ ਕੋਈ ਤੁਸੀਂ ਇੱਕ ਲਾਇਆ ਕੀ ਹਾਂ ਤੁਸੀਂ ਇੰਨੇ ਪੈਸੇ ਤੁਸੀਂ ਦੇਣੇ ਨੇ ਇਹ ਕੋਈ ਵੀ ਆਪਣੀ ਸ਼ਰਧਾ ਨਾਲ ਇੱਕ ਦਿਨਾਰ ਦੋ ਦਿਨਾਰ ਪੰਜ ਦਿਨਾਰ ਜਿੰਨਾ ਵੀ ਦੇ ਸਕਦਾ ਹੈ ਆਪਣੀ ਸ਼ਰਧਾ ਨਾਲ ਜਿੰਨਾ ਵੀ ਕੋ ਦੇ ਸਕੇ ਵੱਧ ਤੋਂ ਵੱਧ ਉੱਥੇ ਕੋਈ ਐਡਾ ਦੀ ਰੈਸਟ੍ਰਿਕਸ਼ਨ ਜਾਂ ਐਦਾਂ ਦੀ ਲਿਮਿਟੇਸ਼ਨ ਜਾਂ ਐਦਾਂ ਦੀ ਸ਼ਰਤ ਨਹੀਂ ਹੈ ਕਿ ਕਿਸੇ ਨੇ ਇੰਨੇ ਦੇਣੇ ਨੇ ਪਰ ਅਸੀਂ ਅਪੀਲ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ 'ਚ ਆਪਣੇ ਵੱਲੋਂ ਵੱਧ ਤੋਂ ਵੱਧ ਜਿੰਨਾ ਯੋਗਦਾਨ ਹੋ ਸਕਦਾ ਹੈ ਆਪਣੇ ਹਰ ਬੱਚਾ ਹਰ ਹਰ ਬੰਦਾ ਜੋ ਉਸ ਦਾ ਯੋਗਦਾਨ ਦੇਵੇ ਪਰ ਇਦਾਂ ਦੀ ਰਿਸਟ੍ਰਿਕਸ਼ਨ ਕੋਈ ਨਹੀਂ ਹੈ ਕੋਈ ਇੱਕ ਤਨਖਾਹ ਵੀ ਦੇ ਸਕਦਾ ਕੋਈ 100 ਵੀ ਦੇ ਸਕਦਾ ਇੱਕ ਹੋਰ ਗੱਲ ਮੈਂ ਕੁਝ ਨਹੀਂ ਜਣਾ ਜੀ ਵੀ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਕਈ ਫੰਡ ਜਿਹੜੇ ਇਕੱਠੇ ਕੀਤੇ ਜਾ ਰਹੇ ਹਨ ਖਾਲਸਾ ਏਡ ਦੇ ਨਾਮ ਦੇ ਨਾਲ ਤੇ ਕੁਵੈਤ ਵਿੱਚ ਵੀ ਜੇ ਹੁਣ ਤੁਸੀਂ ਫੰਡ ਜਿਹੜੇ ਰਿਲੀਫ ਨੇਸ ਜੀ ਇਕੱਠੇ ਕਰ ਰਹੇ ਹੋ ਉਹਨਾਂ ਨੂੰ ਬਕਾਇਦਾ ਅਸੀਂ ਪਰਚੀ ਦਵਾਂਗੇ ਤੇ ਉਹਦਾ ਤੁਸੀਂ ਜਿਹੜੇ ਈ ਵਿਵਰਸ ਨੇ ਜਾਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਅਸੀਂ ਕੀ ਮੈਸੇਜ ਦੇਣਾ ਜਾਊਂਗੇ ਵੀ ਤੁਸੀਂ ਪਰਚੀ ਲੈ ਕੇ ਹੀ ਤੁਸੀਂ ਜਿਹੜਾ ਫੰਡ ਦੇਣਾ ਹੈ ਕਿਦਾਂ ਬਿਲਕੁਲ ਇਸ ਗੱਲ ਦੇ ਇਸੇ ਕਰਕੇ ਅਸੀਂ ਜਿਹੜੀਆਂ ਪਰਚੀਆਂ ਜਾਂ ਰਸੀਦ ਬੁੱਕ ਛਪਾਵਾਂਗੇ ਕਿ ਕੋਈ ਵੀ ਬੰਦਾ ਕੋਈ ਉਹਨਾਂ ਕੋ ਜਾਣਦਾ ਕਿ ਪੰਜਾਬ ਦੇ ਹੜਪੀ ਤ ਹੈ ਕੋਈ ਸੰਗਤ ਵਾਲੋ ਹੈ ਸਾਨੂੰ ਪੈਸੇ ਦਿਓ ਉਹ ਉਸ ਪਰਚੀ ਦੇ ਉਸ ਰਸੀਦ ਬੁੱਕ ਤੋਂ ਬਿਨਾਂ ਪੈਸਾ ਨਾ ਦੇਵੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਉਸ ਰਸੀਦ ਬੁੱਕ ਤੋਂ ਬਿਨਾਂ ਉਹ ਪੈਸਾ ਨਾ ਦੇਵੇ ਜੇ ਕੋਈ ਰਸੀਦ ਘੱਟ ਹੈ ਬਕਾਇਦਾ ਆਪਣਾ ਨੰਬਰ ਤੇ ਨਾਂ ਦੇਵੇ ਤੇ ਉਹਨੂੰ ਪੁੱਛਿਆ ਜਾਵੇ ਕਿ ਹਾਂ ਅਸੀਂ ਉਹਦੇ ਜਿਹੜੇ ਬੰਦਿਆਂ ਦੇ ਨਾਂ ਥੱਲੇ ਐਸੇ ਚ ਡਿਸਪਲੇ ਕਰਾਂਗੇ ਕਿ ਜੋ ਜੋ ਬੰਦੇ ਪੰਜ ਛੇ ਬੰਦੇ ਉਸ ਲਈ ਜ਼ਿੰਮੇਵਾਰ ਹੋਣਗੇ ਤੇ ਉਹਨਾਂ ਨੂੰ ਪੁੱਛ ਕੇ ਹੀ ਪੈਸੇ ਦੇ ਜੇ ਕਿਸ ਨੂੰ ਡਾਊਟ ਹੈ ਤੇ ਉਹਨਾਂ ਨੂੰ ਪੁੱਛਿਆ ਜਾਵੇ ਤੇ ਉਹ ਪੁੱਛ ਕੇ ਹੀ ਉਹਨਾਂ ਨੂੰ ਪੈਸੇ ਦੇਣ ਇਹ ਜੋ ਜੋ ਵੀ ਪੈਸਾ ਇਕੱਠਾ ਹੋਵੇਗਾ ਇਹ ਪਾਈ ਪਾਈ ਦਾ ਹਿਸਾਬ ਹਰ ਉਸ ਬੰਦੇ ਨੂੰ ਜਿਹਨੇ ਡੋਨੇਟ ਕੀਤਾ ਉਹਨੂੰ ਦਿੱਤਾ ਜਾਵੇਗਾ ਇੱਕ ਵੀ ਪੈਸਾ ਜੋ ਹੈ ਕਿਸੇ ਦੇ ਵੇਸਟ ਨਹੀਂ ਜਾਵੇਗਾ ਹਰ ਇੱਕ ਪਾਈ ਪਾਈ ਜਿੰਨਾ ਵੀ ਮੈਕਸਿਮਮ ਇਕੱਠਾ ਹੋਵੇਗਾ ਅਸੀਂ ਉਹ ਖਾਲਸਾ ਏਡ ਨੂੰ ਪਹੁੰਚਾਵਾਂਗੇ ਤੇ ਜਿਹੜੀ ਡੋਨੇਸ਼ਨ ਜਿਹੜੀ ਇਕੱਠੀ ਕਰਨ ਦੀ ਕੋਈ ਡੇਟ ਜਾਂ ਕੋਈ ਲਿਮਟ ਹੈਗੀ ਹੈ ਕਿ ਜਾਂ ਕੋਈ ਮੰਥ ਜਿਹੜੇ ਸੀ ਬਕਾਇਦਾ ਮਾਰਕ ਕੀਤੇ ਹੋਣ ਕੁਝ ਨਹੀਂ ਇਹਦੀ ਕੋਈ ਲਿਮਟ ਨਹੀਂ ਹੈ ਅਸੀਂ ਜੋ ਮੌਜੂਦਾ ਐਮਰਜੈਂਸੀ ਜੋ ਏਡ ਹੈ ਜੋ ਅਮਰ ਜੀ ਦੀ ਸਹਾਇਤਾ ਉਹ ਆਲਰੇਡੀ ਉਹ ਹੋ ਰਹੀ ਹੈ ਅਸੀਂ ਜਿਹੜਾ ਫੰਡ ਹੈ ਜਾਂ ਜੋ ਵੀ ਇਹ ਸਹਾਇਤਾ ਕਰਦੇ ਆ ਇਹ ਉਹਨਾਂ ਦੇ ਰੀਹੈਬਿਟੇਸ਼ਨ ਲਈ ਮੁੜ ਵਸੇ ਲਈ ਉਹਨਾਂ ਨੂੰ ਦੇਾਂਗੇ ਕਿਉਂਕਿ ਖਾਲਸਾ ਏਡ ਨੇ ਜੋ ਪਲਾਨ ਕੀਤਾ ਹੈ ਕਿ ਉਹ ਉੱਥੇ ਇੱਕ ਜਾਂ ਦੋ ਦਿਨ ਲਈ ਜਾਂ ਮਹੀਨੇ ਲਈ ਨਹੀਂ ਹੈ ਉਹ ਫਲੱਡ ਤੇ ਜਿਹੜੀ ਜ਼ਰੂਰੀ ਸਹਾਇਤਾ ਤੋਂ ਬਾਅਦ ਲੋਕਾਂ ਦੇ ਮੁੜ ਵਸੇਬੇ ਤੇ ਕੰਮ ਕਰੇਗੀ ਇਹ ਫੰਡ ਲੋਕਾਂ ਦੇ ਮੁੜ ਵਸੇ ਲਈ ਹੀ ਜਾਏਗਾ ਤੇ ਤੁਸੀਂ ਸਾਡੇ ਦੇ ਵੀਵਰਸ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਨੰਬਰ ਤੁਸੀਂ ਜਾਰੀ ਕੀਤੇ ਨੇ ਉਹਨਾਂ ਦੇ ਕੰਟੈਕਟ ਕਰਕੇ ਜਿਹੜਾ ਆਪਣਾ ਫੰਡ ਹੈ ਉਹ ਦੇ ਸਕਦੇ ਨੇ ਜੀ ਜੀ ਇਹਦੇ ਚ ਹਰਪ੍ਰੀਤ ਸਹਾਇਤਾ ਲਈ ਸਾਡੇ ਕੋ ਇੱਕ ਜੱਸੀ ਰਾਏਪੁਰ ਨੇ ਉਹਨਾਂ ਦਾ ਨੰਬਰ ਹੈ 65 94 73 39 ਕਰਮਜੀਤ ਸਿੰਘ ਜੀ ਨੰਬਰ ਹੈ 60 63 51 98 ਪਰਮਜੀਤ ਸਿੰਘ ਜੀ 68 28 85 21 ਖਿਆਲੀ RAM ਜੀ 99 10 44 68 ਤੇ ਪਲਵਿੰਦਰ ਸਿੰਘ ਜੀ 96982110 ਤੇ ਜੇ ਸਾਨੂੰ ਲੋਡ ਪਈ ਤੇ ਅਸੀਂ ਹੋਰ ਵੀ ਨੰਬਰ ਇਸ ਥੱਲੇ ਜੋ ਡਿਸਪਲੇ ਕਰਾਂਗੇ ਉਹ ਤੁਹਾਨੂੰ ਮਿਲ ਜਾਣਗੇ ਆ ਵੀਵਰਸ ਜਿੱਦਾਂ ਕਿ ਤੁਸੀਂ ਸੁਣ ਰਹੇ ਹੋ ਕਿ ਜਿਹੜੇ ਨੰਬਰਸ ਨੇ ਨਾਲ ਦਿੱਤੇ ਜਿਹੜੇ ਦੱਸੇ ਦਿੱਤੇ ਗਏ ਹਨ ਉਹ ਜਿਹੜੇ نیچے ਜਿਹੜੀ ਲਾਈਨਸ ਨੇ ਤੁਸੀਂ ਉਹਨਾਂ ਦੇ ਨੰਬਰ ਅਸੀਂ ਦੇਖ ਸਕਦੇ ਹੋ ਨੰਬਰਸ ਨੀਚੇ ਚੱਲ ਰਹੇ ਨੇ ਜਿਨ੍ਹਾਂ ਨੇ ਵੀ ਡੋਨੇਸ਼ਨ ਕਰਨੀ ਹੈ ਉਹ ਨੰਬਰਸ ਤੇ ਕਾਲ ਕਰਕੇ ਉਹਨਾਂ ਨੂੰ ਡੋਨੇਸ਼ਨ ਦੇ ਸਕਦਾ ਹੈ ਭਾਵੇਂ ਆਪਣੀ ਜੇ ਵਿੱਚੋਂ 1 ਰੁਪਿਆ ਜਾਂ 2 ਦਿਨਾਰ ਜਾਂ 3 ਦਿਨਾਰ ਜਿੰਨੇ ਵੀ ਤੁਸੀਂ ਡੋਨੇਟ ਕਰਨੇ ਨੇ ਉਸੇ ਕਰ ਸਕਦੇ ਹੋ ਅ ਵੀਰ ਜੀ ਆ ਲਾਸਟ ਇੱਕ ਪੰਜਾਬ ਦੇ ਵਿੱਚ ਜਿਹੜਾ ਖਾਲਸਾ ਹੈੜਾ ਉਹਨਾਂ ਦੇ ਉੱਤੇ ਵੀ ਜਿਹੜੀ ਟਿੱਪਣੀ ਕਈ ਕਹਿ ਲਈਏ ਕਿ ਕਈ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਤੇ ਤੁਸੀਂ ਕੀ ਕਹਿਣ ਜਾਓਗੇ ਮੈਂ ਇਹ ਚਾਹਾਂ ਮੈਂ ਸਿਰਫ ਇਸ ਤੇ ਇਹੋ ਗੱਲ ਕਰਨ ਚਾਹਾਂਗਾ ਕਿ ਇਹ ਬੰਦੇ ਦੀ ਇਨਸਾਨ ਦੀ ਫਿਤਰਤ ਹੈ ਬਹੁਤ ਸਾਰੇ ਬੰਦੇ ਇਸੇ ਹਿਸਾਬ ਨਾਲ ਬਣੇ ਕੇ ਜਿਨ੍ਹਾਂ ਨੂੰ ਸਿਰਫ ਨੈਗੇਟਿਵਿਟੀ ਹੀ ਨਜ਼ਰ ਆਉਂਦੀ ਹੈ ਉਹ ਆਸ-ਪਾਸੇ ਚੰਗਾ ਕੰਮ ਦੇਖ ਕੇ ਉਹਨਾਂ ਨੂੰ ਡਾਈਜੈਸਟ ਜਾਂ ਪਚਦਾ ਨਹੀਂ ਇਹ ਜ਼ਰੂਰੀ ਨਹੀਂ ਹੈ ਇਸ ਗੱਲ ਤੋਂ ਮੰਨਿਆ ਨਹੀਂ ਮਤਲਬ ਜੇ ਹਿਊਮਨ ਸਾਈਕੋਲੋਜੀ ਦੇ ਮੁਤਾਬਕ ਜਾਈਏ ਤੇ ਇਹ ਨਾਰਮਲ ਹੈ ਇਹ ਫੀਨੋਮਨਾ ਨਾਰਮਲ ਫੀਨੋਮਨਾ ਕਿ ਕੋਈ ਚੰਗਾ ਕੰਮ ਹੋਵੇਗਾ ਉਹ ਚ 2 4 10 ਪਤਨ 15 ਜਿਹੜੇ ਨੇ ਉਹ ਚੰਗੇ ਕੰਮ ਦੇ ਵਿੱਚ ਵੀ ਲਾਤੜੇ ਕੱਡਉਣਗੇ ਮੇਰੇ ਹਿਸਾਬ ਨਾਲ ਇਹ ਨਾਰਮਲ ਹੈ ਔਰ ਸਾਨੂੰ ਇਸ ਗੱਲ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸਾਨੂੰ ਖਾਲਸਾ ਉਹਦੀ ਫੁੱਲ ਸਪੋਰਟ ਕਰਨੀ ਚਾਹੀਦੀ ਹੈ ਉਹਨਾਂ ਤੇ ਫੇਥ ਰੱਖਣਾ ਚਾਹੀਦਾ ਕਿਉਂਕਿ ਉਹ ਅੱਜ ਵੀ ਕੰਮ ਕਰ ਰਹੇ 20 ਸਾਲਾਂ ਤੋਂ ਉਹ ਅਕ੍ਰੋਸ ਦਾ ਮਤਲਬ ਪਾਰਟੀ ਲਾਈਨਸ ਜੋ ਬਿਨਾ ਕਿਸੇ ਕਾਸਟ ਕੀਤੇ ਬਿਨਾ ਜਾਤ ਪਾਤ ਭੇਦ ਭਾਵ ਦੇ ਉਹ ਕੰਮ ਕਰ ਰਹੇ ਨੇ ਭਾਵੇਂ ਉਹ ਕੈਰਲਾ ਚਾਹੇ ਉਹ ਪੰਜਾਬ ਚਾਹੇ ਉਹ ਉਜਿਪਤ ਚਾਹੇ ਉਹ ਪੇਰੂ ਜਿੱਥੇ ਵੀ ਇੱਕ ਤੇ ਲੋੜ ਪੈਂਦੀ ਹੈ ਉਹ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਜੋ ਉਹ ਜਜ਼ਬਾ ਲੈ ਕੇ ਕੰਮ ਕਰਦੇ ਨੇ ਤੇ ਸਾਨੂੰ ਉਹਨਾਂ ਤੇ ਸਾਡ ਨੂੰ ਉਹਨਾਂ ਤੇ ਫੁੱਲ ਫੇਤ ਹੈ ਤੇ ਮੈਂ ਖਾਲਸਾ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਇਹਨਾਂ ਗੱਲਾਂ ਤੇ ਆਪਣਾ ਜਿਹੜਾ ਕੀਮਤੀ ਟਾਈਮ ਉਹਨਾਂ ਨੂੰ ਕਲੈਰੀਫਾਈ ਕਰਨ ਤੇ ਵੇਸਣ ਕਰਨ ਕਿਉਂਕਿ ਇਹ ਨਾਰਮਲ ਗੱਲ ਹੈ ਕੋਈ ਵੀ ਚੰਗਾ ਕੰਮ ਹੋਏਗਾ ਉਹਦੇ ਅਗੇਂਸਟ ਦੋ ਚਾਰ ਬੰਦੇ ਜ਼ਰੂਰ ਗੱਲਾਂ ਬਾਤਾਂ ਕਰਨਗੇ ਤੇ ਮੈਂ ਆਪਣੇ ਇਸ ਫੰਡ ਲਈ ਜਿਹੜੀ ਖੇਤ ਸੰਗਤ ਹੈ ਉਹਨਾਂ ਨੂੰ ਮਤਲਬ ਅਪੀਲ ਕਰਦਾ ਕਿ ਜਿੰਨਾ ਵੀ ਕਿਸੇ ਕੋ ਵੱਤਵਦ ਹੋ ਸਕਦਾ ਉਹ ਇਸ ਯੋਗਦਾਨ ਇਹਦੇ ਚ ਯੋਗਦਾਨ ਦਿਓ ਇਸ ਮਹਾਕੁੰਮਚ ਹਿੱਸਾ ਪਾਓ ਤੇ ਆਪਣਾ ਕੰਮਾਈ ਨੂੰ ਸਫਲਾ ਕਰਦੇ ਲੋਕਾਂ ਦੀਆਂ ਅਸੀਸਾਂ ਲਓ ਧੰਵਾਦ ਜੀ ਇਹਨਾਂ ਦਲਜੀਤ ਸਿੰਘ ਜੀ ਤੇ ਹੁਣ ਅਸੀਂ ਹੋਰ ਜਿਹੜੇ ਇੱਥੇ ਮੈਂਬਰਸ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਸੀ ਗਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਨਾਮ ਮੇਰਾ ਨਾਮ ਹੀ ਲక్ష్మణ ਸਿੰਘ ਹੈ ਜਿਹੜਾ ਕਿ ਫੰਡ ਰਲੀਫ ਇੱਥੇ ਆ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਤੁਸੀਂ ਵੀ ਮੈਂਬਰ ਜਿਹੜੇ ਤੁਸੀਂ ਇੱਥੇ ਬਕਾਇਦਾ ਮੌਜੂਦ ਸਨ ਤੇ ਕਿਹੜੀ-ਕਿਹੜੀਆਂ ਗੱਲਾਂ ਵਸਤਾ ਦਲਜੀਤ ਸਿੰਘ ਨੇ ਦੱਸ ਦਿੱਤੀਆਂ ਨੇ ਵੀ ਕੀ-ਕੀ ਗੱਲਾਂ ਇੱਥੇ ਹੋਈਆਂ ਨੇ ਤੁਹਾਡੇ ਜਿਹੜੇ ਵਿਚਾਰ ਨੇ ਉਸ ਸੰਗਤ ਨਾਲ ਕੀ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਉਹ ਵਿਚਾਰ ਦੀ ਸਾਰੀ ਸੰਗਤ ਦੇ ਚਰਨਾਂ 'ਚ ਅਸੀਂ ਹੱਥ ਜੋੜ ਕੇ ਨਿਮਰਤਾ ਸਾਧ ਬੇਨਤੀ ਕਰਦੇ ਹਾਂ ਭੱਟੀ ਸਾਹਿਬ ਤੁਹਾਨੂੰ ਸਭ ਵਿਸਤਾਰ ਦੇ ਨਾਲ ਦੱਸ ਹੀ ਚੁੱਕੇ ਆ ਜੋ ਕਿ ਬਹੁਤ ਦੁਖਦਾਈ ਪੰਜਾਬ ਦੇ ਨਾਲ ਜੋ ਇਹ ਭਾਣਾ ਵਾਪਰਿਆ ਹੈ ਕਿਉਂਕਿ ਬਹੁਤ ਹੀ ਨੁਕਸਾਨ ਪੰਜਾਬ ਦਾ ਹੋ ਗਿਆ ਕਈਆਂ ਘਰਾਂ ਤੇ ਕਈਆਂ ਦੇ ਤਾਂ ਸਾਰੇ ਘਰ ਵੀ ਟਹਿ ਗਏ ਆਂ ਡੰਗਰ ਪਸ਼ੂ ਵੀ ਉਹਨਾਂ ਦਾ ਰੜ ਚੁੱਕਾ ਜੋ ਵੀ ਕੋਗੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿੱਥੇ ਹਰ ਇੱਕ ਪੰਜਾਬੀ ਕਿੱਥੇ ਬੈਠਾ ਦੇਸ਼ ਵਿਦੇਸ਼ ਦੇ ਵਿੱਚ ਉਹ ਆਪਣੇ ਦਸਬੰਦ ਦੇ ਵਿੱਚੋਂ ਵੱਧ ਤੋਂ ਵੱਧ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਿਹਾ ਹੈ ਤੇ ਸਾਡਾ ਵੀ ਸਾਰੀ ਅੱਜ ਸੰਗਤ ਦਾ ਕਵਾਇ ਦੀ ਸੰਗਤ ਦਾ ਇਹ ਭਰਾਲਾ ਮੀਟਿੰਗ ਕੀਤੀ ਗਈ ਆ ਕਿਉਂਕਿ ਆਪਾਂ ਵੀ ਆਪਣੀ ਨਿੱਕ ਕਮਾਈ ਦੇ ਵਿੱਚੋਂ ਇਸ ਜੋ ਹੜਪੀੜਤ ਪਰਵਾਰਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਸਾਨੂੰ ਹੋਰ ਕਿਸੇ ਨੂੰ ਜਿ세 ਬੰਦੀਆਂ ਬਥੇਰੀਆਂ ਨੇ ਬਥੇਰੇ ਉੱਥੇ ਹੋਰ ਵੀ ਇਹ ਕੰਮ ਕਰ ਰਹੇ ਆ ਪਰ ਸਾਨੂੰ ਖਾਲਸਾ ਏਡ ਵਰਗਾ ਕਿਸੇ ਦਾ ਵੀ ਇਹੋ ਜਿਹਾ ਸਾਨੂੰ ਲੱਗਾ ਨਹੀਂਗਾ ਕਿ ਜਿਹੜੀ ਮਾਇਆ ਪਾਈ ਪਾਈ ਦਾ ਉਹ ਸਾਭ ਵੀ ਦੇ ਰਹੇ ਨੇ ਤੇ ਸਹੀ ਥਾਂ ਤੇ ਉਹਨਾਂ ਦੀ ਮਾਇਆ ਵੀ ਪਹੁੰਚ ਰਹੀ ਹੈ ਅਸੀਂ ਵੀ ਸਾਰੀ ਇੱਕ ਕਬਾਇਦ ਦੀ ਸੰਗਤ ਨੇ ਜਿਵਾ ਸਾਡੇ ਭਤਵੰਤੇ ਸੱਜ ਸੂਝਵਾਨ ਸੱਜਣ ਇਕੱਠੇ ਹੋਇਆ ਇਹੋ ਹੀ ਫੈਸਲਾ ਕੀਤਾ ਗਿਆ ਹੈ ਕਿਉਂਕਿ ਜੋ ਵੀ ਕਬਾਇਦ ਦੀ ਸੰਗਤ ਵੱਲੋਂ ਮਾਇਆ ਇਕੱਠੀ ਕੀਤੀ ਜਾਊਗੀ ਖਾਲਸਾ ਏਡ ਨੂੰ ਹੀ ਭੇਜੀ ਜਾਊਗੀ ਕਿਉਂਕਿ ਉਹ ਆਪਦੇ ਹਿਸਾਬ ਨਾਲ ਜਿੱਥੇ ਜਿੱਥੇ ਹੜਪੇੜਤਾ ਦੀ ਮਦਦ ਪਹਿਲਾਂ ਵੀ ਕਰ ਰਹੇ ਆ ਤੇ ਸਾਨੂੰ ਉਹਨਾਂ ਤੇ ਭਰੋਸਾ ਹੈ ਤਾਂ ਅਸੀਂ ਉਹਨਾਂ ਦੇ ਸਾਰੀ ਸੰਗਤ ਭਰੋਸਾ ਜਿਤੋਂਦੇ ਉਹਨਾਂ ਨੂੰ ਹੀ ਮਾਇਆ ਭੇਜੀ ਜਾਊਗੀ ਸਾਰੀ ਕਬਾਇਦ ਦੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਵੱਧ ਤੋਂ ਵੱਧ ਕਿਉਂਕਿ ਆਪਾਂ ਹੋਰ ਵੀ ਬਥੇਰੇ ਖਰਚੇ ਕਰਦੇ ਆਂ ਇੱਕ ਦੋ ਦਿਨਾਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਇਹੋ ਹੀ ਬੇਨਤੀ ਕਰਾਂਗੇ ਵੱਧ ਤੋਂ ਵੱਧ ਕਿਉਂਕਿ ਇਸ ਆਪਾਂ ਮਾਇਆ ਦਾ ਵਿੱਚ ਹਿੱਸਾ ਪਾਉਣਾ ਆਪ ਜੀ ਨੂੰ ਦੱਸਿਆ ਗਿਆ ਹੈ ਇੱਕ ਆਪਾਂ ਜੋ ਰਸੀਦਾ ਰਸੀਦ ਦੇਵਾਂਗੇ ਰਸੀਦ ਤੋਂ ਬਿਨਾ ਕਿਸੇ ਨੂੰ ਮਾਇਆ ਨਹੀਂ ਦੇਣੀ ਜੋ ਵੀ ਮਾਇਆ ਇਕੱਠੀ ਹੋਊਗੀ ਉਹਦਾ 1 ਰੁਪਈਆ ਰੁਪਈਆ ਦਾ ਹਿਸਾਬ ਦਿੱਤਾ ਜਾਏਗਾ ਆਪਾਂ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਕਿਸੇ ਕਮੇਟੀ ਬਾਜ਼ੀ ਦੇ ਉੱਪਰ ਉੱਠ ਕੇ ਸਾਰਿਆਂ ਨੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋ ਕੇ ਜੋ ਇਹ ਅਪਰਾਲਾ ਕੀਤਾ ਗਿਆ ਹੈ ਤੇ ਸਾਰੀ ਹੀ ਸੰਗਤ ਦਾ ਇਹ ਸੰਯੋਗ ਚਾਹੁੰਦੇ ਆਂ ਸਾਰੀ ਸੰਗਤ ਵੱਧ ਤੋਂ ਵੱਧ ਇਸ ਜੋ ਸੇਵਾ ਦੇ ਵਿੱਚ ਹਿੱਸਾ ਪਾਵੇ ਜਿਹੜੇ ਵੀਰ ਮੇਰੇ ਅੱਗੇ ਆਉਣਾ ਚਾਹੁੰਦੇ ਆ ਉਹ ਵੀ ਆਪਣਾ ਨੰਬਰ ਸਾਨੂੰ ਦਿਨ ਅੱਗੇ ਲਾ ਕੇ ਸੇਵਾ ਕਰਨ ਸਾਡੇ ਦੇ ਨਾਲ ਜੁੜਨ ਇੰਨੀਆਂ ਕਹੀਂ ਬੇਨਤੀਆਂ ਸਾਰੀ ਸੰਗਤ ਦੇ ਚਰਨਾਂ ਵਿੱਚ ਕਰਦੇ ਆ ਤੇ ਜੇ ਕੋਈ ਹੋਰ ਕੋਈ ਗੱਲਬਾਤ ਹੋਈ ਆਪ ਜੀ ਦੇ ਮੀਡੀਆ ਦੇ ਰਾਹੀਂ ਫੇਰ ਆਪ ਜੀ ਦੇ ਨਾਲ ਸੰਗਤਾਂ ਤੱਕ ਪਹੁੰਚਾਵਾਂਗੇ ਧੰਨਵਾਦ ਮਿਹਰਬਾਨੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸਨ ਲਖਮਨ ਸਿੰਘ ਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਜਿਹੜੀ ਵੀ ਜਿਹੜਾ ਵੀ ਫੰਡ ਜਿਹੜਾ ਇਕੱਠਾ ਕਰਨਗੇ ਉਹਦੀ ਪਾਈ ਪਾਈ ਦਾ ਜਿਹੜਾ ਹਿਸਾਬ ਉਹ ਤੁਹਾਨੂੰ ਦਿੱਤਾ ਜਾਏਗਾ ਇਸੇ ਦੇ ਨਾਲ ਸਿੰਘ ਮੀਡੀਆ ਵੀ ਤੁਹਾਡੇ ਸਾਰੇ ਈਵਰਸ ਦੇ ਅੱਗੇ ਬੇਨਤੀ ਕਰਦਾ ਹੈ ਕਿ ਤੁਸੀਂ ਵੀ ਆਪਣਾ ਫੰਡ ਰਲੀਫ ਦੇ ਵਿੱਚ ਹਿੱਸਾ ਯੋਗਦਾਨ ਜ਼ਰੂਰ ਪਾਓ ਥੱਲੇ ਦਿੱਤੇ ਨੰਬਰਾਂ ਉੱਤੇ ਤੁਸੀਂ ਕੰਟੈਕਟ ਕਰਕੇ WhatsApp ਕਰਕੇ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਆਪਣਾ ਜਿਹੜਾ ਫੰਡ ਹੈਗਾ ਆ ਆਪਣਾ ਡੋਨੇਸ਼ਨ ਹੈ ਜਿਹੜੀ ਉਹ ਅਸੀਂ ਦੇ ਸਕਦੇ ਹਾਂ ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਸਿੰਘ ਮੀਡੀਆ ਚੈਨਲ ਧੰਨਵਾਦ